नाभा के सरकारी मॉडल हाई स्कूल में तीज का त्योहार बहुत ही धूमधाम से मनाया गया जिसके नाबा के प्रधान रजेंश कुमार सेंटी की धर्मपत्नी ममता मित्तल और एस एम ओ नाभा दलवीर कौर की तरफ से तीज के मेले का उद्घाटन किया गया बच्चों में इस त्यौहार को लेकर काफी उत्साह पाया गया नाबा से राजेश हर साल की तरह ये त्योहार मना रहे हैं पिछले छह साल तो यह त्योहार मनाया जा रहा है ताकि बच्चों जो पुराने रीति रिवाज ने वो याद ਅਸੀਂ ਜਿਵੇਂ ਕਿ ਅਸੀਂ ਤਾਂਗੇ ਦੀ ਰੀਤ ਚਲਾਈ ਆ ਜਦੋਂ ਰੀਵਨ ਕਟਿਆ ਉਸ ਵੇਲੇ ਗੁਰਦੀ ਪ੍ਰਥਾ ਚਲਾਈ ਆ ਬਹੁਤ ਵਧੀਆ ਅਸੀਂ ਮਨਾ ਰਹੇ ਆ ਅੱਜ ਇੱਥੇ ਸਰਕਾਰੀ ਸਕੂਲ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਇੱਕ ਬਹੁਤ ਅੱਛਾ ਉਪਰਾਲਾ ਹੈ ਸਾਡੇ ਜਿਹੜੇ ਸਟੂਡੈਂਟਸ ਹੈਗੇ ਵਿਦਿਆਰਥੀ ਉਹਨਾਂ ਨੂੰ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੋੜਨ ਦਾ ਹੈ ਇੱਕ ਬਹੁਤ ਹੀ ਅੱਛਾ ਉਪਰਾਲਾ ਹੈਗਾ ਤੇ ਉਹਨਾਂ ਨਾਲ ਉਹਨਾਂ ਨੂੰ ਆਪਣੀ ਪੁਰਾਣੀ ਵਿਰਸੇ ਦਾ ਪਤਾ ਲੱਗਦਾ ਤਾਂ ਕਿ ਜਿਹੜਾ ਸਾਡਾ ਵਿਰਸਾ ਆ ਅੱਗੇ ਵਧ ਸਕੇ ਇਸ ਤਰ੍ਹਾਂ ਚਲਦਾ ਰਹੇ ਵੀ ਮੈਂ ਟਿਚ ਨਾ ਜਾਣਦੀ ਤੇਰੇ ਜਿਹਨੂੰ ਵੀ ਮੈਂ ਟਿਚ ਨਾ ਜਾਣਦੀ ਤੇਰਾ ਮੇਰਾ ਬਣਦਨ ਮੇਲ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਤੇ ਵਿੱਚ ਇਹ ਜਿਹੜਾ ਤਿਹਾਰ ਹੈ ਪਿਛਲੇ ਲੰਮੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਇਹ ਤਿਹਾਰ ਜਿਹੜਾ ਲੜਕੀਆਂ ਦਾ ਤਿਹਾਰ ਹੈ ਖਾਸ ਕਰਕੇ ਲੜਕੀਆਂ ਨੂੰ ਸਮਰਪਿਤ ਅੱਜ ਦੀ ਜੋ ਇਹ ਪ੍ਰਥਾ ਚੱਲੀ ਆ ਰਹੀ ਹੈ ਇਸ ਨੂੰ ਪ੍ਰਾਦਨ ਰੂਪ ਦੇ ਵਿੱਚ ਅਸੀਂ ਆਪਣੇ ਸਕੂਲ ਸਾਹਮਣੇ ਰੱਖਿਆ ਹੈ ਅੱਜ ਅਸੀਂ ਆਪਣੇ ਮੁੱਖ ਮਹਿਮਾਨਾਂ ਨੂੰ ਵੀ ਉਹ ਟੰਗ ਦੀ ਰੀਤ ਔਰ ਉਹ ਜਿਹੜੇ ਲੱਸੀ ਦੇ ਗਲਾਸ ਨੇ ਔਰ ਜੋ ਛੰਨੇ ਨੇ ਪਿੱਤਲ ਦੇ ਜੋ ਰਾਸਤੀ ਸਾਡੇ ਭਾਂਡੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਸਵਾਗਤ ਕਰਨ ਦਾ ਯਤਨ ਕੀਤਾ ਤਾਂ ਕਿ ਅਸੀਂ ਆਪਣੇ ਪੁਰਾਣੇ ਵਿਰਸੇ ਨਾਲ ਜੁੜੀਏ ਔਰ ਧੀਆਂ ਔਰ ਜੋ ਧਿਆਣੀਆਂ ਨੇ ਇਹ ਜਿਹੜੀਆਂ ਧੀਆਂ ਨੇ ਇਹ ਧੀਆਂ ਤੋਂ ਬਣੀਆਂ ਨੇ ਤਾਂ ਕਿ ਉਹ ਆਨੰਦ ਮਾਣਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦਾ ਨਾਮ ਉੱਚਾ ਕਰਨ ਬਹੁਤ ਬਹੁਤ ਧੰਨਵਾਦ